ਇਤਵਾਰ ਦਾ ਦਿਨ ਸੀ ਅਤੇ ਅਸੀਂ ਸੁਬਹਾ ਸਵੇਰੇ ਉੱਠਦੇ ਹਾਂ ਅਤੇ ਬਾਹਰ ਨਿਕਲਦੇ ਹਾਂ ਬਾਰਿਸ਼ ਹੋ ਰਹੀ ਸੀ, ਬੜਾ ਪਿਆਰਾ ਮੌਸਮ ਬਣਿਆ ਹੋਇਆ ਸੀ ਅਤੇ ਸਾਡੇ ਹੋਸਟਲ ਦੇ ਵਿੱਚ ਇੱਕ ਧਰਮ ਆਵਾਜ਼ ਆਈ ਤਾਂ ਸਾਨੂੰ ਪਤਾ ਚੱਲਾ ਕਿ ਸਾਡੇ ਹੋਸਟਲ ਦੇ ਦਰਵਾਜ਼ੇ ਦੇ ਅੱਗੇ ਇੱਕ ਦਰਖਤ ਸੀ, ਉਹਦਾ ਇੱਕ ਕੋਲੋਂ ਟੁੱਟ ਕੇ ਸ਼ੈਡ ਉੱਤੇ ਡਿੱਗ ਗਿਆ ਅਤੇ ਕਾਫ਼ੀ ਨੁਕਸਾਨ ਹੋਣ ਤੋਂ ਬਚ ਗਿਆ ਕਿਉਂਕਿ ਥੱਲੇ ਇਹਦੇ ਖੜੀਆਂ ਸੀ ਮੋਟਰਸਾਈਕਲਾਂ ਅਤੇ ਕਾਫ਼ੀ ਨੁਕਸਾਨ ਹੋਣ ਤੋਂ ਬਚ ਗਿਆ, ਸ਼ੈਡ ਦੇ ਉੱਤੇ ਗਿਰ ਗਿਆ। ਉਸ ਤੋਂ ਬਾਅਦ ਮੈਨੂੰ ਪਤਾ ਚੱਲਦਾ ਵਾ ਕਿ ਸਾਡੇ ਰੂਮ ਦਾ ਜਿਹੜਾ ਜਿਮਰ ਹੈ ਉਹ ਬਾਡੀ ਬਿਲਡਰ ਉਹ ਇੱਥੇ ਬੈਠਾ ਵਾ ਸਨੀ ਲਿਓਨ ਵਾਲੀ ਬਾਡੀ ਕੱਢ ਕੇ, ਅਤੇ ਇੱਕ ਦੋ ਦਿਨ ਜਿਮ ਗਿਆ ਅਤੇ ਬਾਡੀ 'ਤੇ ਇੰਝ ਹੱਥ ਰੱਖਦਾ ਵਾ ਕਿਵੇਂ ਸਨੀ ਲਿਓਨ ਦੀ ਬਾਡੀ ਹੁੰਦੀ ਆ। ਅਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਕੋਚ ਆ ਉਹ ਆ ਗਲੂ ਨੰਗਾ ਪਿਆ ਵਾ, ਅਤੇ ਇਹ ਜਿਹੜਾ ਮੈਂ ਇਹਦੇ ਕੋਲ ਪੁੱਛਿਆ ਤੂੰ ਕਿਹਦੀ ਬਾਡੀ ਜਾਂਦਾ, ਮੈਂ ਤਾਂ ਉਸਤਾਦ ਜੋਨੀ ਸਿੰਘ ਵਾਲੀ ਬਾਡੀ ਕੱਢੀ। ਮੈਂ ਚੁੱਪ ਕਰਕੇ ਨਿਕਲ ਜਾਂਦਾ ਵਾ ਇਹਨਾਂ ਦੇ ਰੂਮ ਦੇ ਵਿੱਚ। ਉਸ ਤੋਂ ਬਾਅਦ ਮੇਰੇ ਕੋਲ ਆਉਂਦੇ ਨੇ, ਉਸ ਤੋਂ ਬਾਅਦ ਮੈਨੂੰ ਲੈਣ ਆ ਜਾਂਦੇ ਨੇ ਛੰਨਾ ਸਾਹਿਬ ਜਿਹੜੇ ਨੇ, ਉਹ ਕਹਿੰਦੇ ਨੇ ਆਓ ਬਾਈ ਨਾਸ਼ਤਾ ਕਰਨ ਚਲੀਏ। ਛੰਨਾ ਸਾਹਿਬ ਆਪਣੀ ਕੀਤੀ ਰਾਏ ਦੇ ਰਹੇ ਹਨ। ਉੱਚਾ ਬੋਲੋ ਥੋੜ੍ਹਾ ਜਿਹਾ, ਆਵਾਜ਼ ਨਹੀਂ ਆ ਰਹੀ। ਆਵਾਜ਼ ਨਹੀਂ ਆ ਰਹੀ ਬਈ, ਲੋਕਾਂ ਦਾ ਬਹੁਤ ਗਨਾਵਾਂ ਦਾ ਪਾਰ ਸੀਗਾ ਹੌਸਲਾ ਮੋਨੋ, ਜਿਹੜੇ ਲੋਕ ਆ ਸਪੈਸ਼ਲੀ ਉਮਰ ਬਾਈ 34 ਨੰਬਰ ਵਾਲੇ ਜਿਹੜੇ ਵੀ ਤੇਰਾ ਬੇੜਾ ਕਰ ਦੇ, ਉਹ 34 ਤੇ ਡਿੱਗਾ ਹੀ ਨਹੀਂ ਵੀਰੇ, ਡਿੱਗਣਾ 34 ਸੀਗਾ ਲੇਕਿਨ ਦੂਰ ਰਹਿ ਗਿਆ ਥੋੜਾ ਜਿਹਾ। ਹਾਂ, ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਦੇ ਬਾਰੇ ਵੀ ਕੀ ਕਰਨਾ ਚਾਹੀਦਾ ਵਾ ਇਹਨਾਂ ਸਾਰਿਆਂ ਨੂੰ, ਹੋਸਟਲ ਵਾਲਿਆਂ ਨੂੰ ਤੇ ਇਸ ਬਾਰੇ? ਜਦੋਂ ਪੜੋ ਨਮਾਜ਼ ਪੜੋ, ਇਹ ਹੋ ਗਿਆ, ਕੁੜੀਆਂ ਤੋਂ ਦੂਰ ਹੋ ਜਿੱਦਾਂ ਕਰਨ ਹੋ ਜਿੱਦਾਂ ਨੇ ਕਿਹਾ ਵਾ। ਉਹ ਵੀਰੇ ਪੜ੍ਹਦੇ ਨੇ ਸਿਰਫ, ਤੁਸੀਂ ਨਹੀਂ ਪੜ੍ਹਦੇ ਤਾਂ ਤੁਹਾਨੂੰ ਪਤਾ ਵਾ ਕਿ ਬਈ ਅਸੀਂ ਨਹੀਂ ਪੜ੍ਹਦੇ ਤੇ ਜਿਹੜਾ ਹੈ ਨਾ ਕੋਈ ਨਮਾਜ਼ ਤੇ ਇਹ ਚੰਨਾ ਸਾਹਿਬ ਦੀ ਬੇਕਾਰ ਰਾਏ। ਅਤੇ ਉਸ ਤੋਂ ਬਾਅਦ ਮੈਨੂੰ ਯਾਦ ਆ ਰਹੀ ਸੀ ਆਪਣੇ ਦੋਸਤ ਪਾਂਡਾ ਦੀ, ਅਤੇ ਪਾਂਡਾ ਗਿਆ ਹੋਇਆ ਕਸੂਰ ਆਪਣੇ ਘਰ, ਅਤੇ ਚੁਰਬਲ ਪਾਂਡੇ ਆਪਣੇ ਘਰ ਕਲੋਨੀ ਪ੍ਰੋਫੈਸਰ ਕਲੋਨੀ ਰਹਿੰਦਾ ਵਾ, ਅਤੇ ਉਹਨੂੰ ਮੈਂ ਕਾਲ ਕੀਤੀ ਚੁਰਬਲ ਪਾਂਡੇ ਨੂੰ, ਬਈ ਆ ਜਲਦੀ ਇੱਕ ਤੇਰੇ ਨਾਲ ਕੰਮ ਆ, ਲੇਕਿਨ ਚੁਰਬਲ ਪਾਂਡੇ ਮੈਨੂੰ ਕਾਨੇ ਘਰ ਆ ਗਿਆ। ਅਤੇ ਮੈਂ ਬੜਾ ਚੁਰਬਲ ਪਾਂਡੇ ਨੂੰ ਦੋ ਤਿੰਨ ਗੱਲਾਂ ਕੀਤੀਆਂ ਨੇ, ਚੁਰਬਲ ਪਾਂਡੇ ਮੇਰਾ ਕਾਲ ਨਹੀਂ ਚੱਕ ਰਿਹਾ, ਅਤੇ ਪਾਂਡਾ ਸਾਹਿਬ ਆਉਣਗੇ ਸ਼ਾਮੀ ਅਤੇ ਉਹਨਾਂ ਨਾਲ ਕਰਦੇ ਆ ਸ਼ਾਮ ਨੂੰ ਗੱਲ। ਉਸ ਤੋਂ ਬਾਅਦ ਛੰਨਾ ਸਾਹਿਬ ਅਤੇ ਮੈਂ ਜਿਹੜੇ ਪਹੁੰਚ ਜਾਂਦੇ ਆ ਕੰਟੀਨ 'ਤੇ 4 ਨੰਬਰ ਕੰਟੀਨ 'ਤੇ, ਛੰਨਾ ਸਾਹਿਬ ਕਹਿੰਦੇ ਨੇ ਇਹਦਾ ਖਾਣਾ ਅੱਛਾ ਨਹੀਂ, ਅੱਗੂ ਚੱਲਦੇ ਉਹਨਾਂ ਦਾ ਚਾਵਲ ਬਹੁਤ ਅੱਛੇ ਨੇ। ਅਤੇ ਫਿਰ ਅਸੀਂ ਆਪਣਾ ਸਫ਼ਰ ਜਾਰੀ ਰੱਖ ਲਿਆ ਅਤੇ ਥੋੜ੍ਹੀ ਦੇਰ ਬਾਅਦ ਅਸੀਂ 7 ਨੰਬਰ ਕੰਟੀਨ ਦੇ ਲਾਗੇ ਪਹੁੰਚ ਜਾਂਦੇ ਹਾਂ, ਅਤੇ ਛੰਨਾ ਸਾਹਿਬ ਨੂੰ ਕੋਈ ਟੇਬਲ ਨਹੀਂ ਮਿਲ ਰਿਹਾ ਸੀ ਕਿਉਂਕਿ ਬਾਰਿਸ਼ ਦੀ ਵਜ੍ਹਾ ਤੋਂ ਸਾਰੇ ਟੇਬਲ ਗਿੱਲੇ ਹੋਏ ਸੀ। ਛੰਨਾ ਸਾਹਿਬ ਕਿਤੇ ਇਸ ਕੁਰਸੀ 'ਤੇ ਜਾਂਦੇ ਨੇ, ਕਿਤੇ ਇਸ ਕੁਰਸੀ 'ਤੇ ਜਾਂਦੇ ਨੇ, ਆਖਿਰਕਾਰ ਸਾਨੂੰ ਜਿਹੜਾ ਹੈ ਨਾ ਇੱਕ ਟੇਬਲ ਮਿਲ ਹੀ ਗਿਆ। ਉੱਥੇ ਜਿਹੜਾ ਹੈ ਨਾ ਅਸੀਂ ਬੈਠ ਗਏ, ਇੱਥੇ ਅਸੀਂ ਬੈਠ ਤਾਂ ਗਏ ਲੇਕਿਨ ਸਾਡੀ ਵੇਟਰ ਗੱਲ ਹੀ ਨਹੀਂ ਸੁਣ ਰਿਹਾ ਸੀ। ਉਹਨੂੰ ਕਹਿੰਦੇ ਆ ਬਾਈ ਆ ਜਾ ਉਹ ਰਬੜੀ ਦੁੱਧ, ਲੇਕਿਨ ਉਹ ਬਾਰ ਬਾਰ ਉਹ ਵੇਖ ਕੇ ਉਸ ਬਾਅਦ ਸਾਡੇ ਕੋਲ ਪਹੁੰਚ ਗਏ 7 ਨੰਬਰ ਦੀ ਫੇਵਰੇਟ ਡਿਸ਼ ਦਾਲ ਚਾਵਲ। ਛੰਨਾ ਸਾਹਿਬ ਦੇ ਮੂੰਹ 'ਤੇ ਥੋੜ੍ਹੀ ਜਿਹੀ ਖੁਸ਼ੀ ਨਜ਼ਰ ਆ ਰਹੀ ਸੀ ਕਿਉਂਕਿ ਦਾਲ ਚਾਵਲ ਪਹੁੰਚ ਚੁੱਕੇ ਸੀ। ਥੋੜ੍ਹੀ ਦੇਰ ਤੋਂ ਬਾਅਦ ਮੇਰੀ ਪਲੇਟ ਨਿਕਲ ਜਾਂਦੀ ਹੈ ਛੋਟੀ ਜਿਹੀ ਬੋਟੀ, ਅਤੇ ਛੰਨਾ ਸਾਹਿਬ ਮੇਰੇ ਨਿਕਲ ਆਈ ਬੋਟੀ ਉੱਤਾ ਕਰ ਦਿੰਦੇ ਨੇ, ਅਤੇ ਛੰਨਾ ਸਾਹਿਬ ਦੀ ਪਲੇਟ 'ਚ ਬੋਟੀ ਨਿਕਲ ਗਈ। ਛੰਨਾ ਸਾਹਿਬ ਮੂੰਹ ਲਮਕਾਏ ਹੋਏ ਖਾ ਰਹੇ ਸੀ ਖੀਰੇ। ਉਸ ਤੋਂ ਬਾਅਦ ਮੇਰੀ ਨਿਗਾਹ ਪਾਉਂਦੀ ਹੈ ਮਸਨੂਈ ਚਸ਼ਮੇ 'ਤੇ, ਜਿਹੜਾ ਬਾਰਿਸ਼ ਦੇ ਪਾਣੀ ਖੜ੍ਹਾ ਹੋ ਕੇ ਤਰਪਾਲ ਦੇ ਉੱਤੇ ਉਹ ਚੋ ਰਿਹਾ ਸੀ, ਅਤੇ ਥੱਲੇ ਵੇਟਰ ਹੱਥ ਧੋ ਰਹੇ ਨੇ ਉੱਥੇ ਹੀ। ਇਹ ਹੈ ਮਸਨੂਈ ਚਸ਼ਮਾ, ਪੰਜਾਬ ਯੂਨੀਵਰਸਿਟੀ ਦਾ ਮਸਨੂਈ ਚਸ਼ਮਾ। ਛੰਨਾ ਸਾਹਿਬ ਦਾ ਡੇਢ ਪਲੇਟ ਡੇਢ ਨੇ ਭਰਿਆ, ਅਤੇ ਉਹ ਕਹਿੰਦਾ ਸੀ ਸਮੋਸੇ ਖਾ ਲਈਏ, ਫਿਰ ਕਹਿੰਦਾ ਜੂਸ ਪੀ ਲਈਏ, ਅਤੇ ਫਿਰ ਮੈਂ ਉਹਨੂੰ ਸਮਝਾਇਆ, ਮੈਂ ਕਿਹਾ ਡੇਢ ਆਪਣਾ ਵਾ ਵੀਰੇ ਅਨਭਰਾਇਆ ਹੁੰਦਾ ਵਾ। ਅਤੇ ਫਿਰ ਅਸੀਂ ਪਹੁੰਚ ਗਏ, ਇੱਕ ਅਸਾਈਨਮੈਂਟ ਕਾਪੀ ਕਰਵਾਉਣੀ ਸੀ, ਲੇਕਿਨ ਉਹ ਅੱਲਾ ਦਾ ਲਾਲ ਹਾਲੀ ਸੁੱਤਾ ਹੋਇਆ ਸੀ। ਜਦੋਂ ਉਹਨੂੰ ਥੋੜ੍ਹੀ ਦੇਰ ਤੋਂ ਬਾਅਦ ਉਠਾਇਆ ਵਾ ਤਾਂ ਉਹਨੇ ਫਿਰ ਇੱਕ ਹੀ ਗੱਲ ਕੀਤੀ ਸਾਡੇ ਵੱਲ ਕਿ ਨਾ ਜੀ ਮੇਰੀ ਤਾਂ ਮਸ਼ੀਨ ਹੀ ਸੜ ਗਈ ਆ। ਦੁਕਾਨ ਦੇ ਅੰਦਰ ਹੀ ਇੱਕ ਛੋਟਾ ਜਿਹਾ ਮੁੰਡਾ ਉਹ ਲਈ ਬੈਠਾ ਸੀ ਦਾਗੇ ਦੇ ਨਾਲ ਦੋ ਬਾਲਾਂ ਲਈ ਗੇਮ। ਅਤੇ ਫਿਰ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਆਪਣੇ ਹੋਸਟਲ ਦੇ ਕਰੀਬ, ਅਤੇ ਜਿਹੜਾ ਦਰਖਤ ਸਾਡਾ ਡਿੱਗਿਆ ਸੀ ਉਹਨੂੰ ਟੀਮ ਪੂਰੀ ਪਹੁੰਚੀ ਖੜੀ ਸੀ, ਅਤੇ ਹਾਲ ਬਾਬਾ ਸ਼ਿਰੂ ਬੀਬੀ ਭਾਈ ਖੜ੍ਹੇ ਸੀ, ਅਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹਨੂੰ ਕਿਵੇਂ ਲਾਉਣਾ ਵਾ ਅਤੇ ਕਿਵੇਂ ਟੁਕਣਾ ਵਾ ਅਤੇ ਕਿਵੇਂ ਲੈ ਕੇ ਵਾਪਸ ਜਾਣਾ ਵਾ। 90 ਜਣਾ ਸੀ ਅਤੇ ਛੋਟਾ ਜਿਹਾ ਕੰਮ ਨਹੀਂ ਹੋ ਰਿਹਾ ਸੀ ਇਹਨਾਂ ਕੋਲੋਂ। ਅਤੇ ਸਰਕਾਰੀ ਮੁਲਾਜ਼ਮ ਇੰਝ ਹੀ ਆਉਂਦੇ ਨੇ ਜਿਵੇਂ
ਡੱਠੀ ਮੈਂ ਖੂਹ ਦੇ ਵਿੱਚ, ਅਤੇ ਉਹਨੂੰ ਨਹੀਂ ਪਤਾ ਕਿ ਕਿਵੇਂ ਨਿਕਲਣਾ ਵਾ ਅਤੇ ਕਿਵੇਂ ਕਰਨਾ ਵਾ ਅਤੇ ਕਿਵੇਂ ਉੱਠਣਾ ਵਾ ਅਤੇ ਕਿਵੇਂ ਜਾਣਾ ਵਾ। ਅਤੇ ਇਹਨਾਂ ਦੀ ਮਿਸਾਲ ਸੀ ਇੰਜੀ। ਉਸ ਤੋਂ ਬਾਅਦ ਤੁਹਾਡੇ ਬਾਈ ਨੇ ਉਹਨਾਂ ਨੂੰ ਮਸ਼ਵਰਾ ਦਿੱਤਾ ਕਿ ਇਸ ਤਰ੍ਹਾਂ ਕਰੋ ਅਤੇ ਇਸ ਤਰ੍ਹਾਂ ਕੱਟੋ, ਅਤੇ ਉਹਨਾਂ ਮੇਰੇ ਮਸ਼ਵਰੇ ਨੂੰ ਫੋਲੋ ਕੀਤਾ ਅਤੇ ਉਹਨਾਂ ਫਿਰ ਫਾਈਨਲੀ ਆਪਣੀ ਜਿਹੜੀ ਹੈ ਨਾ ਮੰਜ਼ਿਲ 'ਤੇ ਪਹੁੰਚ ਚੁੱਕੇ ਨੇ। ਸਾਡੇ ਰੂਮ ਵਾਲੇ ਜਿਮਰ ਦੇ ਜਿਹੜੇ ਦੋਸਤ ਸੀ ਉਹਨਾਂ ਨੇ ਅੱਜ ਠੰਡੇ ਮੌਸਮ ਨੂੰ ਵੇਖਦੇ ਹੋਏ ਪਲੈਨ ਕੀਤਾ ਕਿ ਅੱਜ ਇੱਥੇ ਹੀ ਖਾਣਾ ਬਣਾਇਆ ਜਾਵੇ, ਅਤੇ ਉਹਨਾਂ ਫਿਰ ਲਿਆਂਦਾ ਉੱਥੋਂ ਪਾਈਆ ਗੋਸ਼ਤ ਦਾ, ਅਤੇ ਫਿਰ ਨਾਲ ਕੱਟ ਦਿੱਤੇ 4 ਕਿਲੋ ਗੰਡੇ, ਅਤੇ ਫਿਰ ਸਾਰੇ ਇੰਜ ਸਲਾਮ ਲੈ ਰਹੇ ਸੀ ਮੁਸਕਰਾਹਟ, ਅਤੇ ਜਿਵੇਂ ਜਿਹੜਾ ਨਾ ਦੇਗ ਪਕਾਉਣ ਲੱਗੇ ਨੇ। ਪਾਈ ਗੋਸ਼ਤ ਨਾਲ ਉਹਨਾਂ ਖਾਣੀ ਆ ਬਈ 20 ਜਣਿਆਂ ਨੇ ਰੋਟੀ, ਅਤੇ ਕਿਉਂਕਿ ਉਹ ਜਿਮ ਲਾ ਰਹੇ ਸੀ ਅੱਜ ਕੱਲ੍ਹ। ਫਿਰ ਮੈਂ ਆਪਣੇ ਸਫ਼ਰ ਨੂੰ ਜਾਰੀ ਰੱਖਾ ਅਤੇ ਥੋੜ੍ਹੀ ਦੇਰ ਬਾਅਦ ਆਪਣੇ ਰੂਮੇ ਪਹੁੰਚ ਗਿਆ, ਅਤੇ ਇੱਥੇ ਖੁੱਲ੍ਹੀ ਹੋਈ ਸੀ ਸ਼ਾਹ ਜੀ ਨੇ ਕਿਤਾਬ ਇਸ਼ਕ ਕਿਤਾਬਾਂ ਪੜ੍ਹੀਆਂ ਮੈਂ, ਅਤੇ ਆਈ ਨਾ ਮੈਨੂੰ ਸਮਝ। ਅਤੇ ਉਹਨਾਂ ਦੇ ਨਾਲ ਬੈਠੇ ਨੇ ਜਿਮਰ ਬਾਈ। ਜਿਮਰ ਬਾਈ ਜਿਹੜੀ ਹੈ ਨਾ ਪੈਪਸੀ ਦੀ ਬੋਤਲ ਪੀ ਰਹੇ ਨੇ। ਸ਼ਰਮ ਕਰਦੇ ਨੂੰ ਬਾਈਕਾਟ ਕਰਨਾ ਚਾਹੀਦਾ ਵਾ, ਕਿਉਂਕਿ ਫਲਸਤੀਨ ਵਾਸਤੇ ਥੋੜ੍ਹਾ ਜਿਹਾ ਉੱਠਣਾ ਚਾਹੀਦਾ। ਅਤੇ ਇੱਥੇ ਪੈ ਨੇ ਵਸਲੀ ਸਾਹਿਬ ਜਿਹੜੇ ਨੈੱਟਫਲਿਕਸ 'ਤੇ ਵੇਖ ਲੈਣੇ ਮੂਵੀਆਂ। ਅਤੇ ਅੱਜ ਦੇ ਵਲੌਗ ਦਾ ਇੱਥੇ ਕਰਨੇ ਐਂਡ, ਅਤੇ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਅਤੇ ਮੁੱਛਣ ਦਿੱਤਾ ਵੱਟ, ਅਤੇ ਅੱਲਾਹ ਹਾਫਿਜ਼।